सत श्री अकाल जी सारिआं नूं, गुड मॉर्निंग आ। ते क्रेम मौत तो बस तुरन की तैयारी आ, जांदी बारिश आ, भज के बीच से जाई, एक दी फोटो शोटो कर आई है, उत्थे तुरदे आ। बहुत सोहना जगह गी, टॉप 10 पार्क विच रहे सी असीं, ते क्योंकि ये पार्क जमा बीच के किनारे ते आ, तां ही इत्थे रहि पए। सोचा जी चलो सनसैट देखांगे, ते सनसैट तुसीं देख ही लिया, बहुत सोहना सीगा, नज़ारा आया। बहुत लोग सीगे बीच ते, दूर दूर बैठे सी, ते आपां अपना इंजॉय कर रहे सीगे। ते आ इधर बीच आ गई, आ इत्थे स्टे कीती सी रात। सारा कुछ रेडी आ, पैक बुक करता समान विच, बस पानी मारना माड़ा जिहा, ट्रेलर ते मिट्टी जी पई आ, ते निकलदे आ। आपां ग्रेमौथ दी 5-10 किलोमीटर दी ड्राइव तो बाद आपां जा रहे हां। इत्थे कुछ दिखिया, कुछ दा नाम है कोल्ड क्रीक फॉर वॉक। किसी ने 1 घंटा रिटर्न लिखा, किसी ने 2 घंटे रिटर्न लिखा, देखदे आ। वैसे मैप बनया वा, ऐप ते पता लगे। चिप्स का की करना है, खाने वाली चीज़ होगी। ओके, इत्थे भी गर्म पानी वाले चश्मे है, ते ताही उन्होंने बाहर नहीं दिती। ते ये इदा ही वॉक आ गई दरख्तों के बीच ही। असल में अभी फोटो देख ली, बहुत ही सोहना गा, बड़ा हरा, तो ताही फिर मन ही बना लिया भी चल कोई ना, जो 2 घंटे भी लग गए तो कोई गल नहीं, देख के तो आवेंगे। 10 मिनट लगते आ ग्रेमौथ तो, जो आप जाने वेस्ट पोर्ट न, ग्रेमौथ तो 10 मिनट जो टप गए, शायद इंटरनेट पर देखना पैना सूनू पैना कोल्ड क्रीक फॉल्स। ओ वाटरफॉल आई, काफ़ी बड़ा गा ये, पर पानी नहीं साफ हैगा, ये पानी गंदा गा, गंदा तो ये सल्फर वाला पानी है गा, इतों कितों ना धरती के पिछों गर्म पानी भी निकलता गा, उदे कारण यह पानी गंदा गा। ਸਾਨੂੰ 40 ਮਿੰਟ ਹੋਏ ਆ, ਅਸੀਂ ਵਾਪਸੀ ਵੀ ਹੋ ਗਏ ਹਾਂ ਇੱਥੇ ਬਹਿ ਕੇ ਵੀ, ਸੋ ਟੋਟਲੀ 1.5 ਘੰਟਾ ਲੱਗਦਾ ਜੇ ਆਉਣਾ ਗਾ। ਸਾਡੇ ਨਾਲ ਤਾਂ ਚਲ ਬੱਚਾ ਸੀ, ਵਿੱਚ ਥੋੜ੍ਹਾ ਜਿਹਾ ਉਤਰਾਅ ਚੜ੍ਹਾ ਵੀ ਆ, ਜੇ ਤੁਸੀਂ ਖਾਲੀ ਹੋ ਫਿਰ ਤਾਂ ਬੰਦਾ ਊਈ ਇੱਥੇ 15 ਮਿੰਟਾਂ ਜਾ ਕੇ 15 ਮਿੰਟ ਬਹਿ ਕੇ 15 ਮਿੰਟਾਂ 'ਚ ਮੁੜ ਜੂਗਾ, 1 ਘੰਟੇ ਦੇ ਅੰਦਰ ਅੰਦਰ ਵਧੀਆ। ਰਾਹ 'ਚ ਜਾਂਦੇ ਜਾਂਦੇ ਖੜ ਗਏ, ਤੁਹਾਨੂੰ ਮਸ਼ੀਨਰੀ ਦਿਖਾਵਾਂ, ਹੁਣ ਮੈਂ ਤੁਹਾਨੂੰ ਦੱਸਾਂ ਇਹ ਮਸ਼ੀਨਰੀ ਕਾਹਦੇ ਲਈ ਆ। ਜਿਹੜੀ ਆਹ ਮਸ਼ੀਨ ਆ ਇਹ ਟਨਲ ਦੇ ਫਰੰਟ 'ਤੇ ਖੋਦਦੀ ਹੁੰਦੀ ਆ ਟਨਲ, ਆਹ ਬਲੇਡ ਨੇ ਜਿਹੜੇ ਪੱਥਰਾਂ ਨੂੰ ਵੜਦੇ ਆ, ਫਿਰ ਇੱਥੋਂ ਦੀ ਹੁੰਦਾ ਹੋਇਆ ਪੱਥਰ ਆਹ ਮਸ਼ੀਨ 'ਚ ਅੱਗੇ ਜਾਂਦਾ, ਠੀਕ ਆ। ਇਹ ਮਸ਼ੀਨ ਅੱਗੇ ਭਰਦੀ ਆ ਟਰਾਲੀਆਂ 'ਚ, ਅਤੇ ਟਰਾਲੀਆਂ ਬਾਹਰ ਨਿਕਲਦੀਆਂ ਨੇ, ਪੈਪ ਪਾਣੀ ਵਾਸਤੇ ਹੁੰਦੇ ਆ, ਅਤੇ ਆਹ ਸਾਰੇ ਖੋਦਣ ਵਾਲੀ ਆ, ਅਤੇ ਆਹ ਇੱਕ ਟਰਬਾਈਨ ਜੀ ਰੱਖੀ ਇਹਨਾਂ ਨੇ, ਇਹ ਵੈਂਟੀਲੇਸ਼ਨ ਵਾਸਤੇ ਹੁੰਦੀ ਆ, ਅੰਦਰ ਹਵਾ ਦਾ ਪ੍ਰਬੰਧ ਕਰਨ ਵਾਸਤੇ। ਸ਼ਾਇਦ ਇੱਥੇ ਟਨਲ ਦਾ ਕੋਈ ਕੰਮ ਹੋਇਆ ਹੋਊ ਜਾਂ ਅੱਗੇ ਸ਼ਾਇਦ ਟਨਲ ਹੋਵੇ, ਐਜ ਏ ਬਸ ਲੋਕਾਂ ਦੇ ਹੈ ਨਾ ਅਟਰੈਕਸ਼ਨ ਲਈ ਇਹ ਰੱਖਿਆ ਇੱਥੇ ਵੀ ਲੋਕ ਦੇਖ ਸਕਣ। ਨਾਈਸ, ਇਹ ਔਨ ਰੋਡ ਹੀ ਆ, ਜਮਾਂ ਔਨ ਰੋਡ ਹੀ ਆ।
ਆਪਾਂ ਪਹੁੰਚ ਚੁੱਕੇ ਹਾਂ ਜੀ ਸਟਰੋਂਗਮੈਨ ਮਾਈਨ ਮੈਮੋਰੀਅਲ 'ਤੇ। ਇੱਥੋਂ ਵਿਊ ਦਿਖਦਾ ਪੱਥਰਾਂ ਦਾ ਬਹੁਤ ਹੀ ਸੋਹਣਾ। ਫੋਟੋ ਕਰੂੰਗਾ ਜੀ ਮੈਂ ਕੈਮਰੇ ਨਾਲ ਅਤੇ ਸਾਈਡ ਵਿੱਚ ਦਿਖਾਵਾਂ ਅਪਲੋਡ ਕਰੂੰਗਾ। ਅਤੇ ਇੱਧਰ ਸਮੁੰਦਰ ਦਾ ਵਿਊ ਵੀ ਬਹੁਤ ਵਧੀਆ ਹੈਗਾ। ਇਹਨੂੰ ਕਹਿੰਦੇ ਆ ਸਟਰੋਂਗਮੈਨ ਮਾਈਨ ਮੈਮੋਰੀਅਲ। ਆਪਾਂ ਪਹੁੰਚ ਚੁੱਕੇ ਹਾਂ ਜੀ ਪੂਨਾ ਕੀਕੀ। ਇੱਥੇ ਆਪਾਂ ਦੇਖਣਾ ਪੈਨਕੇਕ ਰੌਕ ਲਾਹੌਲ ਵਾਕ। ਇੱਥੇ ਪੱਥਰ ਨੇਗੇ ਮੈਪ 'ਚ ਦਿਖਾ ਰਹੇ ਆ, ਆਹ ਪੱਥਰ ਦੇਖਣੇ ਆਪਾਂ। ਇੱਥੋਂ ਤੁਰ ਕੇ ਇੱਦਾਂ ਘੁੰਮ ਕੇ ਇੱਦਾਂ ਆ ਜਾਣਾ। ਇਹਨਾਂ ਪੱਥਰਾਂ ਦੀ ਖਾਸੀਅਤ ਇਹ ਆ, ਜਿਵੇਂ ਹਾਸ ਨੂੰ ਦੇਖ ਰਿਹਾ ਹੋਊ, ਲਹਿਰਾਂ 'ਚ ਇੱਦਾਂ ਸਲਾਈਸਾਂ 'ਚ ਬਣੇ ਹੋਏ ਆ। ਸਾਰੇ ਪੂਰੇ ਸਲਾਈਸਾਂ 'ਚ ਬਣੇ ਹੋਏ ਹੈਗੇ ਪੱਤਾਂ 'ਚ। ਇਹਨਾਂ ਨੂੰ ਤਾਂ ਹੀ ਪੈਨਕੇਕ ਰੌਕ ਕਹਿੰਦੇ ਆ। ਵੌਕ ਇੱਥੇ 20 ਮਿੰਟ ਦੀ ਵੌਕ ਆ ਗਈ। ਇੱਕ ਪਾਸੇ ਐਂਟਰੀ ਆ, ਇੱਕ ਪਾਸੇ ਐਗਜ਼ਿਟ ਆ, ਅਤੇ ਵੌਕ ਵਧੀਆ ਹੈਗੀ। ਥੱਲੇ ਸੜਕ ਬਣੀ ਵੀ ਆ, ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਹੈਗੀ। ਅਤੇ ਥੋੜ੍ਹੇ ਕਹਿੰਦੇ ਬੱਚਿਆਂ ਨੂੰ ਕੰਟਰੋਲ 'ਚ ਰੱਖੋ ਜੇ ਤੁਹਾਡੇ ਬੱਚੇ ਵੱਡੇ ਆ, ਕਿਉਂਕਿ ਇਹ ਕਿਨਾਰੇ 'ਤੇ ਆ, 60 ਫੀਟ ਦਾ ਡਰ ਆ ਅਤੇ ਇੱਦਾਂ ਡੂੰਘਾਈ ਆ। ਆਹ ਜਾਨਵਰ ਕਲਰ ਇਹਦਾ ਵਕਤ ਵਰਗਾ ਅਤੇ ਉੱਦਾਂ ਪਤਾ ਨਹੀਂ ਕੀ ਆ। ਅਗਲੇ ਪੁਆਇੰਟ 'ਤੇ ਜਾ ਕੇ ਬਹੁਤ ਸਾਰੀ ਆ। ਵੈਸੇ ਪਹਿਲਾਂ ਮੈਨੂੰ ਲੱਗਦਾ ਲੋਕ ਇੱਥੇ ਜਾ ਜੂ ਕੇ ਫੋਟੋਆਂ ਕਰਾ ਲੈਂਦੇ ਸੀ, ਹੁਣ ਕਹਿੰਦੇ ਜਾਓ ਨਾ ਕਿਉਂਕਿ ਇਹ ਲੇਰਾਂ ਡਿੱਗ ਡੁੱਗ ਸਕਦੀਆਂ ਨੇ। ਆ ਇਹਨਾਂ ਨੇ ਇੱਕ ਬਾਰ ਆ ਪਤਾ ਨਹੀਂ ਬਣਾ ਕੇ ਇਹਨਾਂ ਦੀ ਰੱਖੀ ਆ, ਪਤਾ ਨਹੀਂ ਸੱਚੀ ਸ਼ਾਇਦ ਸੀਮਾ ਇਹ ਓਰਿਜਨਲ ਹੀ ਆ ਨਾ। ਹਾਂ, ਅਤੇ ਇੱਕ ਇੱਕ ਪਰਤ ਨੂੰ ਬੰਨ ਨੂੰ ਮੈਨੂੰ ਲੱਗਦਾ ਹਜ਼ਾਰਾਂ ਲੱਖਾਂ ਸਾਲ ਲੱਗੇ ਆ, ਇਹ ਬਹੁਤ ਜਲਦੀ ਨਹੀਂ ਬਣੀਆਂ ਹੋਈਆਂ। ਥੱਲੇ ਬੀਚ ਆ, ਥੱਲੇ ਖਾਲੀ ਹੋਈ ਪਈ ਆ ਪੱਥਰਾਂ ਦੀ ਜਗ੍ਹਾ, ਇਹ ਪਾਣੀ ਮੁੜ ਗਿਆ। ਚਾਹੇ ਜਿਵੇਂ ਵੀ ਆ, ਪਰ ਜਦੋਂ ਕੋਈ ਸਪੈਸ਼ਲ ਚੀਜ਼ ਦੇਖਦੇ ਨੇ ਇੱਦਾਂ ਦੀ ਨਾ, ਇਕੱਲੇ ਪੱਥਰ ਨਹੀਂ ਇਹ 35 ਮਿਲੀਅਨ ਸਾਲ ਪੁਰਾਣੇ ਪੱਥਰ ਆ। ਜਦੋਂ ਨਿਊਜ਼ੀਲੈਂਡ ਦੀ ਮੈਨੂੰ ਲੱਗਦਾ ਹੋਂਦ ਵੀ ਨਹੀਂ ਸੀ, ਸ਼ਾਇਦ ਉਦੋਂ ਨਿਊਜ਼ੀਲੈਂਡ ਨਹੀਂ ਸੀ ਹੋਂਦ ਵਿੱਚ। ਇੱਦਾਂ ਪਾਣੀ ਨੇ ਖੋਰ ਖੋਰ ਕੇ ਜਗ੍ਹਾ ਖਾਲੀ ਕੀਤੀ ਪਈ ਹੈ ਵਿੱਚ, ਅਤੇ ਉੱਤੋਂ ਦੀ ਲੋਕ ਲੰਘਦੇ ਆ ਇੱਧਰ ਨੂੰ। ਕਾਇੰਡ ਆਫ ਬ੍ਰਿਜ ਆ। ਇਹਨਾਂ ਨੇ ਕੰਧਾਂ ਜਿਹੀਆਂ ਵੀ ਉਹਦੇ ਵਾਂਗੂ ਬਣਾਈਆਂ ਨੇ। ਆ ਥੱਲੇ ਵੀ ਮੈਨੂੰ ਲੱਗਦਾ ਪਾਣੀ ਲੰਘਦਾ ਹੈਗਾ ਪੁੱਲ 'ਤੇ। ਇਹ 1987 'ਚ ਓਪਨ ਕੀਤਾ ਸੀਗਾ ਜੀ ਇਹ ਜਗ੍ਹਾ ਦੇਖਣ ਲਈ। ਵਾਹ, ਉਦੋਂ 3 ਸਾਲ ਬਾਅਦ ਮੇਰਾ ਜਨਮ ਹੋਇਆ। ਕਿਆ ਕੱਲ ਅਸੀਂ ਪੈਨਕੇਕ ਰੌਕਸ ਕੋਲੋਂ ਵਾਪਸ ਆ ਗਏ ਸੀ, ਅਤੇ ਇੱਥੇ ਜੈਕਸਨ ਰਹੇ ਸੀਗੇ ਔਥਰ ਪਾਸ ਕੋਲੇ, ਅਤੇ ਬਹੁਤ ਵਧੀਆ ਜਗ੍ਹਾ, ਟਾਊਨ ਨਹੀਂ ਹੈਗਾ ਕੱਲਾ, ਇੱਥੇ ਰਹਿਣ ਵਾਲੀ ਜਗ੍ਹਾ ਹੀ ਆ। ਅਤੇ ਇੱਥੇ ਆਪਾਂ ਗਲੋਬ ਬੰਬ ਦੇਖ ਸਕਦੇ ਹਾਂ, ਵੌਕ ਆ ਅਤੇ 100% ਪਿਓਰ ਇੰਜਨ ਨੇਚਰ, ਵਧੀਆ ਜਗ੍ਹਾ ਗੀ ਰਹਿਣ ਲਈ, ਅਤੇ ਕਲੀਨਿੰਗ ਕਲੂਨ ਆ ਪੂਰਾ ਵਧੀਆ ਐਂਡ ਟੱਚ ਬੈਟ। ਅਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਕ੍ਰਾਈਸਟਚਰਚ ਨੂੰ, ਅੱਜ ਵਾਪਸ ਜਾ ਰਹੇ ਹਾਂ ਘਰੇ। ਅਤੇ ਰਾਹ 'ਚ ਮਾੜਾ ਮੋਟਾ ਦੇਖਾਂਗੇ ਜੇ ਕੋਈ ਫੋਟੋ ਫੋਟੋ ਕਰਨ ਲਈ ਹੋਇਆ ਵਧੀਆ, ਨਹੀਂ ਤਾਂ ਫਿਰ ਸਤਿ ਸ਼੍ਰੀ ਅਕਾਲ। ਪੀਅਰਸਨ ਲੇਕ ਦੀ ਫੋਟੋ ਫੋਟੋ ਕਰਾਂਗੇ, ਉਹਦੀ ਉੱਤੇ ਵੀਡੀਓ ਵੀਡੀਓ ਬਣਾਵਾਂਗੇ। ਪੀਅਰਸਨ ਲੇਕ ਬਹੁਤ ਸੋਹਣੀ ਆ, ਇੱਧਰ ਕੈਸਰਲ ਤੋਂ ਅੱਗੇ ਆ ਗਈ, ਕਦੇ ਦੇਖ ਕੇ ਜਾਇਓ। ਅਤੇ ਔਥਰ ਪਾਸ ਵੈਦੀ ਲੰਘਾਂਗੇ, ਜ਼ਿਆਦਾਤਰ ਆਪਣੇ ਇੱਥੇ ਆਉਂਦੇ ਹੀ ਰਹਿੰਦੇ ਹੈਗੇ, ਬਾਕੀ ਦੇਖਾਂਗੇ ਜਿਵੇਂ ਵੀ ਹੋਇਆ ਕੋਈ ਵਧੀਆ ਚੀਜ਼ ਹੋਈ। ਸੱਚ ਕੱਲ੍ਹ ਇੱਥੇ ਆਏ ਸੀ, ਜਿਹੜੀ ਇੱਥੇ ਵਾਟਰਫਾਲ ਵੀ ਹੈ ਇੱਕ ਅੰਦਰ, ਅਤੇ ਉਹ ਵਾਟਰਫਾਲ ਅਸੀਂ ਦੇਖਣ ਗਏ ਤਾਂ ਪਰ ਵਾਪਸ ਮੁੜਿਆ। ਇਹ ਕਾਰਨ ਇਹ ਸੀ, ਅਤੇ ਇੱਥੇ ਜਗ੍ਹਾ ਅੰਦਰ ਨਾ ਬੜੀ ਉਹ ਸੀਗੀ,
ਦਰਖਤ ਦਰੁਖਤ ਬਹੁਤ ਸੀ, ਟਾਹਣੀਆਂ ਟੂਹਣੀਆਂ ਲੜਮ ਪੜਮ, ਤੇ ਇੱਕ ਕਾਕਾ ਸਾਡਾ ਸੌਂ ਗਿਆ ਤੇ ਔਖਾ ਸੀ ਤੁਰਨਾ। ਅਸੀਂ ਨੇੜੇ ਹੀ ਪਹੁੰਚ ਚੁੱਕੇ ਸੀ, ਅੱਧੇ ਘੰਟੇ ਦੀ ਵਾਕ ਸੀ, ਪਰ ਫਿਰ ਸਾਨੂੰ ਵਾਪਸ ਮੁੜਨਾ ਪਿਆ। ਦੇਖ ਨਹੀਂ ਸਕੇ ਕਿਉਂਕਿ ਟਾਹਣੀਆਂ ਰਾਹਾਂ ਤੇ ਆਈਆਂ ਹੋਈਆਂ ਸੀ ਜਿੱਥੋਂ ਦੀ ਵਾਕ ਵਾਲਾ ਏਰੀਆ ਹੁੰਦਾ, ਤੇ ਥੋੜੀ ਦਿੱਕਤ ਆ ਰਹੀ ਸੀ। ਤੇ ਗਲੋਬ ਬੰਬ ਹੈਗੇ, ਇੱਥੇ ਗਲੋਬ ਬੰਬ ਦੇਖ ਸਕਦੇ ਹੋ, ਰਾਤ ਦੇਖਿਆ, ਫੋਟੋ ਪਾਊਂਗਾ ਤੇ ਫੋਟੋ ਤੁਸੀਂ ਦੇਖ ਵੀ ਲਈ ਹੋਣੀ ਆ ਜਾਂ ਦੇਖੋਗੇ, ਇਹ ਨਹੀਂ ਮੈਨੂੰ ਪਤਾ। ਆਹ ਪੀਡੀਓ 'ਚ ਪਾਊਂਗਾ, ਪਿਛਲੀ 'ਚ ਪਾਊਂਗਾ, ਅਤੇ ਵੀਡੀਓ 'ਚ ਨਹੀਂ ਆਉਂਦਾ ਉਨਾ, ਪਰ ਫੋਟੋ 'ਚ ਬਹੁਤ ਵਧੀਆ ਆਉਂਦੇ ਆ ਕਿ ਤਾਰਿਆਂ ਵਾਂਗ ਜਗਦੇ ਹੈਗੇ। ਇੱਥੇ ਘੱਟੋ ਘੱਟ ਚਾਰ ਥਾਵੇਂ ਗਲੋਬ ਬੰਬ ਨੇ, ਅਤੇ ਸਿਰਫ ਹੀ ਇੱਕ ਇੱਕ ਮਿੰਟ ਦੀ ਵੋਕ ਆ ਗਈ। ਜੇ ਤੁਸੀਂ ਇੱਥੇ ਰਹਿੰਦੇ ਹੋ ਤਾਂ ਦੇਖ ਸਕਦੇ ਹੋ, ਉੱਦਾਂ ਨਹੀਂ ਦੇਖ ਸਕਦੇ ਕਿਉਂਕਿ ਉੱਦਾਂ ਇਹਨਾਂ ਦੇ ਪ੍ਰਾਈਵੇਟ ਪ੍ਰੋਪਰਟੀ ਆ, ਅਲਾਓ ਨਹੀਂ ਹੈਗਾ। ਓਕੇ।